ਉੱਤੋਂ ਜਦੋਂ ਵੀ ਕੋਈ ਅੱਤ ਚੁੱਕਦਾ ਆ ਉਹਦਾ ਅੰਤ ਛੇਤੀ ਹੋ ਜਾਂਦਾ। ਤਾਂ ਮੈਂ ਆ ਰਵਾਇਤੀ ਪਾਰਟੀਆਂ ਵਾਲੇ ਅਕਾਲੀ ਦਲ ਵਾਲਿਆਂ ਨੂੰ ਇਹਨਾਂ ਨੂੰ ਵੀ ਤਾੜਨਾ ਕਰਦਾ, ਇਹ ਉਹ ਲੋਕ ਨੇ ਜਦੋਂ ਤਿੰਨ ਕਾਲੇ ਕਾਨੂੰਨ ਬਣਾਏ ਨਰਿੰਦਰ ਮੋਦੀ ਨੇ, ਬੀਬਾ ਹਰਸਿਮਰਤ ਕੌਰ ਬਾਦਲ ਨੇ ਉੱਤੇ ਸਾਈਨ ਕੀਤੇ ਆ, ਸਹਿਮਤੀ ਦਿੱਤੀ ਆ। ਅੱਜ ਇਹ ਲੋਕ ਕਹਿੰਦੇ ਆ ਕਿ ਸਾਡਾ ਬੀਜੇਪੀ ਨਾਲ ਕੋਈ ਗੱਠਜੋੜ ਨਹੀਂ, ਇਹਨਾਂ ਦਾ ਗੱਠਜੋੜ ਬਿਲਕੁਲ ਉਹਨਾਂ ਦੇ ਨਾਲ ਹੈ। ਸਿਰਫ ਹੁਣ ਸਿਰਫ ਇਹ ਪਿੰਡਾਂ 'ਤੇ ਜਾਣ ਤੋਂ, ਪਿੰਡਾਂ 'ਚ ਵੜਨ ਤੋਂ ਡਰਦੇ ਆ ਕਿ ਜੇ ਬੀਜੇਪੀ ਨਾਲ ਅਲਾਇੰਸ ਕਰਕੇ ਬੀਜੇਪੀ ਨਾਲ ਗੱਠਜੋੜ ਕਰਕੇ ਲੜੇ ਤਾਂ ਸਾਡਾ ਪਿੰਡਾਂ 'ਚ ਵਿਰੋਧ ਹੋਣਾ, ਜਿਵੇਂ ਪਿੰਡਾਂ ਦੇ ਵਿੱਚ ਬੀਜੇਪੀ ਦੇ ਉਮੀਦਵਾਰਾਂ ਦਾ ਕਿਸਾਨ ਵਿਰੋਧ ਕਰਦੇ ਪਏ ਆ, ਉਸੇ ਤਰ੍ਹਾਂ ਇਹਨਾਂ ਨੂੰ ਵੀ ਪਤਾ ਸੀ ਕਿ ਪਿੰਡਾਂ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਵੀ ਵਿਰੋਧ ਹੋਣਾ। ਅਤੇ ਸਾਧ ਸੰਗਤ ਇੱਕ ਅਕਾਲੀ ਦਲ ਵਾਲੇ ਇਸ ਗੱਲ ਤੋਂ ਵੀ ਡਰ ਗਏ ਆ ਕਿ ਜੇ ਅਸੀਂ ਗੱਠਜੋੜ ਕਰਕੇ ਬੀਜੇਪੀ ਨਾਲ ਇਲੈਕਸ਼ਨਾਂ ਲੜੀਆਂ ਤਾਂ ਹੋ ਸਕਦਾ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਇਹ ਸੀਟਾਂ ਗੱਠਜੋੜ ਕਰਕੇ ਸ਼ਾਇਦ ਬੀਜੇਪੀ ਜਿੱਤ ਜੇ, ਕਿਉਂਕਿ ਇਹ ਸੀਟਾਂ ਬੀਜੇਪੀ ਦੇ ਹਿੱਸੇ ਮੰਨਦੇ ਸੀ ਆਉਣੀਆਂ। ਅਤੇ ਅਕਾਲੀ ਦਲ ਆਪਣੇ ਆਪ ਨੂੰ ਮੰਨਦਾ ਸੀ ਵੀ ਸਾਨੂੰ ਇੱਕ ਵੀ ਸੀਟ ਨਹੀਂ ਆਉਣੀ, ਅਤੇ ਜੇ ਚਾਰ ਸੀਟਾਂ ਬੀਜੇਪੀ ਅਲਾਇੰਸ ਦੇ ਦੌਰਾਨ ਲੈ ਗਈ ਤਾਂ ਮੁੜ ਕੇ 2027 ਦੇ ਵਿੱਚ ਇਹਨਾਂ ਸੀਟਾਂ ਮੰਗਣੀਆਂ, ਜਿੰਨੀਆਂ ਸੀਟਾਂ ਅਸੀਂ ਜਿੱਤੇ ਹਾਂ ਅਤੇ ਜਿੰਨੀਆਂ ਤੁਸੀਂ ਜਿੱਤੇ ਜੇ ਉਹਦੇ ਮੁਤਾਬਕ ਸੀਟਾਂ ਦੀ ਵੰਡ ਕਰ ਲਓ, ਅਤੇ ਸੀਐਮ ਵੀ ਉਹਦਾ ਜਿਹਨੂੰ ਵੱਧ ਸੀਟਾਂ ਆਈਆਂ ਨੇ। ਅਤੇ ਸਾਧ ਸੰਗਤ ਇਹਨਾਂ 2027 ਦੀ ਵੰਡ ਬਚਾਉਣ ਲਈ ਨਾਲ ਉਹਦੇ ਤੋਂ ਡਰਦਿਆਂ ਵੀ ਇਹਨਾਂ ਗੱਠਜੋੜ ਨਹੀਂ ਕੀਤਾ, ਕਿਉਂਕਿ ਇਹਨਾਂ ਨੂੰ ਪਤਾ ਸੀ ਅਕਾਲੀ ਦਲ ਨੂੰ ਗੱਠਜੋੜ ਕਰਕੇ ਵੀ ਇੱਕ ਵੀ ਸੀਟ ਨਹੀਂ ਆਉਂਦੀ। ਬੀਜੇਪੀ ਨੂੰ ਹੁਣ ਜਿਹੜੀ ਇਲੈਕਸ਼ਨ ਲੜ ਰਹੇ ਆ ਗੱਠਜੋੜ ਤੋਂ ਬਿਨਾਂ, ਹੁਣ ਤਾਂ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਆ ਰਹੀ, ਕੋਈ ਇੱਕ ਵੀ ਵਿਧਾਨ ਸਭਾ ਤੋਂ ਇਹ ਜਿੱਤ ਨਹੀਂ ਰਹੇ, ਹਰ ਥਾਂ ਤੋਂ ਆ ਰਿਹਾ, ਕਿਉਂਕਿ ਲੋਕ ਸਭਾ ਦੇ ਵਿੱਚ ਤਾਂ 9 ਵਿਧਾਨ ਸਭਾ ਨੇ, ਇਹ ਇੱਕ ਵੀ ਵਿਧਾਨ ਸਭਾ ਪੰਜਾਬ ਦੇ ਵਿੱਚੋਂ ਨਹੀਂ ਜਿੱਤ ਰਹੇ। ਕਿਉਂ ਨਹੀਂ ਜਿੱਤ ਰਹੇ? ਕਿਉਂਕਿ ਸਾਡੇ ਕਿਸਾਨਾਂ ਨੂੰ ਇਹ ਹਰਿਆਣੇ ਅਤੇ ਦਿੱਲੀ ਦੇ ਬਾਰਡਰਾਂ 'ਤੇ ਗੋਲੀਆਂ ਮਾਰ ਰਹੇ ਆ, ਦੁਰਵਿਹਾਰ ਕਰ ਰਹੇ ਆ। ਅਤੇ ਤੁਸੀਂ ਸੁਣਿਆ ਹੋਣਾ ਜਦੋਂ ਤੱਕ ਆਪਣੀ ਲਿਸਟ ਅਜੇ ਅਨਾਊਂਸ ਨਹੀਂ ਸੀ ਹੋਈ, ਸਾਡੇ ਖਡੂਰ ਸਾਹਿਬ ਲੋਕ ਸਭਾ ਤੋਂ ਇਹ ਰੌਲਾ ਸੀ, ਹੋ ਸਕਦਾ ਖੁੱਡੀਆਂ ਸਾਹਿਬ ਨੂੰ ਵੀ ਪਤਾ ਹੋਵੇ, ਇਹਨਾਂ ਦੇ ਵਰਕਰਾਂ ਨੂੰ ਵੀ ਪਤਾ ਹੋਵੇ। ਆਮ ਹੀ ਲੋਕ ਕਹਿੰਦੇ ਸੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਖਡੂਰ ਸਾਹਿਬ ਲੋਕ ਸਭਾ ਤੋਂ ਇਲੈਕਸ਼ਨ ਲੜਨੀ ਆ। ਜਦੋਂ ਤੱਕ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਹਿਲੀ ਲਿਸਟ ਅਨਾਊਂਸ ਨਹੀਂ ਕੀਤੀ, ਪਹਿਲੀ ਲਿਸਟ ਜਾਰੀ ਨਹੀਂ ਸੀ ਕੀਤੀ, ਇਹ ਖਡੂਰ ਸਾਹਿਬ ਲੋਕ ਸਭਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਰੌਲਾ ਸੀ। ਕਿਉਂ ਰੌਲਾ ਸੀ? ਇਹ ਆਪਣੇ ਆਪ ਨੂੰ ਮੰਨਦੇ ਆ ਵੀ ਅਸੀਂ ਪੰਥਕ ਆ, ਖਡੂਰ ਸਾਹਿਬ ਲੋਕ ਸਭਾ ਪੰਥਕ ਸੀਟ ਆ, ਅਤੇ ਜ਼ਿਆਦਾਤਰ ਜਦੋਂ ਜਦੋਂ ਐਮ ਪੀ ਇਲੈਕਸ਼ਨ ਲੜੀ ਆ ਬਹੁਤੀ ਵਾਰ ਅਕਾਲੀ ਦਲ ਦਾ ਇੱਥੇ ਕਬਜ਼ਾ ਰਿਹਾ, ਪਰ ਇਸ ਅਕਾਲੀ ਦਲ ਪਾਰਟੀ ਨੇ ਵਾਕਈ ਅਕਾਲੀ ਦਲ ਪੰਥਕ ਸ਼ਹੀਦਾਂ ਦੀ ਪਾਰਟੀ ਸੀ, ਕੁਰਬਾਨੀਆਂ ਵਾਲੀ ਪਾਰਟੀ ਸੀ, ਪਰ ਬਾਦਲ ਪਰਿਵਾਰ ਨੇ ਇੱਕ ਲਿਮਿਟਡ ਪਾਰਟੀ ਬਣਾਤੀ, ਅਤੇ ਜਦੋਂ ਕੋਈ ਆਪਦੇ ਮਫਾਦ ਅੱਗੇ ਰੱਖਦਾ, ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਬਣਾਤਾ, ਜਿਹੜਾ ਬੰਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਨਾਲ ਨਾਰਾ ਲਾਉਂਦਾ ਸੀ ਉਹਦੀ ਟਿਕਟ ਕੱਟ ਦਿੱਤੀ ਜਾਂਦੀ, ਉੱਤੇ ਪਰਚੇ ਕਰਾਏ ਜਾਂਦੇ ਸੀ, ਅਤੇ ਜਿਹੜਾ ਬੰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਨਾਲ ਨਾਰਾ ਲਾਉਂਦਾ ਸੀ ਉਹਨੂੰ ਟਿਕਟ ਦਿੱਤੀ ਜਾਂਦੀ ਸੀ, ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਸਨ, ਵਜ਼ੀਰੀਆਂ ਨਾਲ ਨਵਾਜਿਆ ਜਾਂਦਾ ਸੀ, ਹੱਥਾਂ 'ਤੇ ਚੁੱਕ ਲਿਆ ਜਾਂਦਾ ਸੀ। ਅਤੇ ਜਦੋਂ ਕੋਈ ਬੰਦਾ ਪਾਰਟੀ ਦੇ ਫਾਇਦਿਆਂ ਨੂੰ ਪਿੱਛੇ ਰੱਖ ਕੇ ਆਪਦੇ ਮਫਾਦ ਅੱਗੇ ਰੱਖਦਾ, ਉਦੋਂ ਵੀਰੋ ਪਾਰਟੀਆਂ ਖਤਮ ਹੋ ਜਾਂਦੀਆਂ, ਪਾਰਟੀਆਂ ਨਿਗਾਰਲੇ ਚੱਲ ਜਾਂਦੀਆਂ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਏ ਨੇ ਕੀਤਾ, ਆਪਦੇ ਮਫਾਦ ਅੱਗੇ ਰੱਖੇ, ਸ਼੍ਰੋਮਣੀ ਅਕਾਲੀ ਦਲ ਦਾ ਫਾਇਦਾ ਇਹਨਾਂ ਨੇ ਪਿੱਛੇ ਰੱਖਤਾ, ਅਤੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਖਤਮ ਕਰਕੇ ਰੱਖਤਾ। ਅਤੇ ਭਰਾਵੋ, ਸ਼੍ਰੋਮਣੀ ਅਕਾਲੀ ਦਲ ਉਹਨਾਂ ਚਿਰ ਅੱਗੇ ਨਹੀਂ ਆ ਸਕਦਾ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਵਿੱਚ ਅੱਗੇ ਨੇ, ਉਹਨਾਂ ਚਿਰ ਸ਼੍ਰੋਮਣੀ ਅਕਾਲੀ ਦਲ ਭੁੱਲ ਜਾਣ ਲੋਕ ਵੀ ਸ਼੍ਰੋਮਣੀ ਅਕਾਲੀ ਦਲ ਕਿਤੇ ਅੱਗੇ ਆ ਸਕਦਾ। ਅਤੇ ਸਾਧ ਸੰਗਤ ਜਦੋਂ ਪਹਿਲੀ ਲਿਸਟ ਅਨਾਊਂਸ ਹੋਈ, ਤੁਹਾਡੇ ਭਰਾ ਨੂੰ ਦਾਸ ਨੂੰ ਲੋਕ ਸਭਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ, ਅਤੇ ਹਰਸਿਮਰਤ ਕੌਰ ਬਾਦਲ ਪਿੱਛੇ ਬਠਿੰਡੇ ਵੱਲ ਨੂੰ ਭੱਜ ਗਈ, ਅਤੇ ਮੁੜ ਕੇ ਕੋਰ ਕਮੇਟੀ ਨੇ ਬਿਕਰਮ ਸਿੰਘ ਮਜੀਠੀਏ ਨੂੰ ਸੱਦਿਆ ਅਤੇ ਕਿਹਾ ਕਿ ਲੋਕ ਸਭਾ ਖਡੂਰ ਸਾਹਿਬ ਤੋਂ ਤੂੰ ਚੋਣ ਲੜਨੀ ਆ। ਬਿਕਰਮ ਸਿੰਘ ਮਜੀਠੀਏ ਨੇ ਆਪਦੇ ਪੂਰੇ ਪਰ ਤੋਲੇ, ਇਸ ਗੱਲ ਦੇ ਸਾਡੇ ਐਮ ਸੀ ਗਵਾਹ ਨੇ, ਸਾਡੇ ਐਮ ਸੀਆਂ ਨੂੰ ਸਿੱਧੇ ਫੋਨ ਕੀਤੇ ਗਏ, ਸਾਡੇ ਐਮ ਸੀਆਂ ਕੋਲ ਬੰਦੇ ਭੇਜੇ ਗਏ, ਅਤੇ ਬੰਦਿਆਂ ਨੇ ਕਿਹਾ ਸਾਨੂੰ ਬਿਕਰਮ ਸਿੰਘ ਮਜੀਠੀਏ ਨੇ ਭੇਜਿਆ।
ਅਸੀਂ ਤੁਹਾਨੂੰ ਜਿਹੜੇ ਕੁਝ ਘਰੋਂ ਹਿਸਾਬ ਕਿਤਾਬ ਦੇ ਸਨ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਘਰ ਬਣਵਾ ਕੇ ਦਿੰਦੇ ਹਾਂ, ਨਵੇਂ ਬਿਕਰਮ ਸਿੰਘ ਮਜੀਠੀਏ ਨੇ ਭੇਜਿਆ ਤੁਹਾਨੂੰ 10 ਲੱਖ 20 ਲੱਖ ਰੁਪਈਆ ਦਿੰਦੇ ਹਾਂ, ਪਰ ਸਾਡੇ ਐਮਸੀਆਂ ਨੇ ਜ਼ਮੀਰ ਵੇਚਣ ਨੂੰ ਵੱਧ ਨਹੀਂ ਸਮਝਿਆ, ਸਾਡੇ ਐਮਸੀਆਂ ਨੇ ਇੱਕੋ ਗੱਲ ਕਹੀ ਕਿ ਅਸੀਂ ਲਾਲਜੀਤ ਭੁੱਲਰ ਦੇ ਨਾਲ ਹਾਂ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਾਂ। ਅਤੇ ਬਿਕਰਮ ਸਿੰਘ ਮਜੀਠੀਏ ਨੇ ਜਦੋਂ ਆਪਦੇ ਪਰ ਤੋਲੇ ਤਾਂ ਮੁੜ ਕੇ ਜਵਾਬ ਦੇ ਤਾ ਇਹ ਕਿਹਾ ਵੀ ਮੇਰਾ ਹਲਕਾ ਅੰਮ੍ਰਿਤਸਰ ਆ, ਮੈਨੂੰ ਪਹਿਲਾਂ ਤੋਂ ਪੰਪ ਦੇ ਕੇ ਸਿੱਧੂ ਦੇ ਮੁਕਾਬਲੇ ਖਿਲਾਰਤਾ ਅੰਮ੍ਰਿਤਸਰੋਂ, ਉਹੋ ਜਿਹਾ ਮੂਰਖ ਸਿੱਧੂ ਜਿਹੜਾ ਵਾਰ ਵਾਰ ਮੈਨੂੰ ਲਲਕਾਰਦਾ ਰਿਹਾ, ਅਸੀਂ ਦੋਵੇਂ ਰਹਿ ਗਏ, ਉਹ ਤੀਜੀ ਬੀਬੀ ਜਿੱਤ ਗਈ। ਤੇ ਮੈਂ ਹੁਣ ਨਹੀਂ ਤੁਹਾਡੇ ਮਗਰ ਲੱਗਣਾ, ਮੈਂ ਨਹੀਂ ਲੋਕ ਸਭਾ ਖਡੂਰ ਸਾਹਿਬ ਜਾਣਾ। ਤੇ ਭਰਾਵੋ ਸਿੱਧਾ ਕਿਹਾ ਵੀ ਦੇਸ਼ ਪ੍ਰਤਾਪ ਕੈਰੋਂ ਦੀ ਲੋਕ ਸਭਾ, ਇਹਨੂੰ ਲੜਾਓ ਇਲੈਕਸ਼ਨ। ਤੇ ਦੇਸ਼ ਪ੍ਰਤਾਪ ਕੈਰੋਂ, ਇਹ ਸੱਚੀਆਂ ਗੱਲਾਂ, ਕੋਈ ਝੂਠ ਨਹੀਂ, ਆਦੇਸ਼ ਪ੍ਰਤਾਪ ਕੈਰੋਂ ਨੇ ਸਾਰੀ ਜ਼ਿੰਦਗੀ ਨਾ ਦੇ ਬ੍ਰਹਮਪੁਰਾ ਸਾਹਿਬ ਦੀ ਚੰਗੀ ਕੀਤੀ, ਨਾ ਹਰਮੀਤ ਦੀ ਚੰਗੀ ਕੀਤੀ, ਨਾ ਬ੍ਰਹਮਪੁਰਾ ਸਾਹਿਬ ਅਤੇ ਨਾ ਵਿਰਸਾਵ ਸਿੰਘ ਬਲਟੋਏ ਦੀ ਚੰਗੀ ਕੀਤੀ। ਉਹਨੂੰ ਪਤਾ ਵੀ ਜੋ ਕੀਤਾ ਜੋ ਬੀਜਿਆ ਉਹ ਵੱਢਣਾ ਪੈਣਾ। ਉਹ ਕਹਿੰਦਾ ਮੇਰੀ ਸਿਹਤ ਨਹੀਂ ਠੀਕ, ਮੈਂ ਆਹ ਇਲੈਕਸ਼ਨ ਨਹੀਂ ਲੜਨੀ, ਮੈਂ ਲੜੂੰ 2027 ਵਾਲੀ ਇਲੈਕਸ਼ਨ। ਕਹਿੰਦਾ ਵਿਰਸਾ ਬਲਟੋਏ ਨੂੰ ਲੜਾ ਦਿਓ, ਵਿਰਸਾ ਬਲਟੋਆ ਅੱਗੋਂ ਦਾ ਉਹ ਪਾਊ ਸਿਰ ਦੇਣਾ, ਜਿਹਦਾ ਮਰਜ਼ੀ ਦੇ ਦਿਓ, ਜਿੱਤਿਆ ਨਹੀਂ ਜੇ ਜਾਣਾ ਆਪਣੇ ਤੋਂ, ਜਿਹਦਾ ਮਰਜ਼ੀ ਸਿਰ ਦੇ ਦਿਓ। ਹਾਂਜੀ ਭਰਾਵੋ, ਉਸੇ ਤਰ੍ਹਾਂ ਹੀ ਤੁਸੀਂ ਸੁਣੀ ਹੋਣੀ ਆ ਵੀਡੀਓ, ਜਸਵੀਰ ਸਿੰਘ ਡਿੰਪਾ ਸਾਡੇ ਸਿਟਿੰਗ MP ਨੇ ਇੱਥੋਂ, ਉਹਨਾਂ ਨੇ ਵੀਡੀਓ ਪਾਈ ਵੀ ਪਾਰਟੀ ਜਿਹਨੂੰ ਟਿਕਟ ਦਊ MP ਦੀ, ਮੈਂ ਉਹਦੀ ਮਤ ਕਰੂੰ, ਮੈਂ ਪਾਰਟੀ ਦੇ ਨਾਲ ਆ। ਭਰਾਵੋ, ਜਿਹੜਾ ਸਿਟਿੰਗ MP ਹੋਵੇ, ਜਿਹਦੀ ਟਿਕਟ ਹੋਵੇ, ਆਪਦਾ ਘਰ ਨਹੀਂ ਛੱਡਦਾ ਹੁੰਦਾ, ਆਪਦੀ ਟਿਕਟ ਨਹੀਂ ਛੱਡਦਾ ਹੁੰਦਾ, ਉਹ ਸਿੱਧਾ ਠੋਕ ਕੇ ਕਵੇ ਉਹ ਮੇਰੀ ਟਿਕਟ ਹੈ, ਮੈਂ ਜਿੱਤ ਕੇ ਦਊਂਗਾ, ਪਾਰਟੀ ਮੈਨੂੰ ਟਿਕਟ ਦੇਵੇ। ਉਹਨੂੰ ਪਤਾ ਅਰਕਾ ਖਡੂਰ ਸਾਹਿਬ ਵਾਲਿਆਂ ਨੇ ਮਾਂਜ ਦੇਣਾ ਵਾ, ਅਤੇ ਪਾਰਟੀ ਦੀ ਵੀ ਨਿਗਾਹ ਆ ਵੀ ਤਗੜੇ ਉਮੀਦਵਾਰ ਨੂੰ ਟਿਕਟ ਦੇਈਏ। ਪਾਰਟੀ ਰਾਣੇ ਗੁਰਜੀਤ ਨੂੰ ਭੇਜ ਰਹੀ ਆ, ਪਰ ਰਾਣਾ ਗੁਰਜੀਤ ਵੀ ਕਹਿੰਦਾ ਮੈਨੂੰ ਆਨੰਦਪੁਰ ਸਾਹਿਬ ਤੋਂ ਦੇ ਦਿਓ, ਮੈਂ ਨਹੀਂ ਖਡੂਰ ਸਾਹਿਬ ਜਾਣਾ, ਉਹਨੇ ਵੀ ਭਾਰ ਤੋਲ ਲਿਆ ਉੱਥੋਂ। ਤਗੜੇ ਹੋ ਜਾਓ, ਇਹ ਇਕੱਲੀ ਇੱਕ ਖਡੂਰ ਸਾਹਿਬ ਲੋਕ ਸਭਾ ਦੀ ਗੱਲ ਨਹੀਂ, ਤੇਰਾਂ ਦੀਆਂ 13 ਸੀਟਾਂ ਦੇ ਅਕਾਲੀਆਂ ਕਾਂਗਰਸੀਆਂ BJP ਵਾਲਿਆਂ ਦਾ, ਖਡੂਰ ਸਾਹਿਬ ਲੋਕ ਸਭਾ ਵਾਲਾ ਹੀ ਵਾਲਿਆ। ਬਸ ਤਗੜੇ ਹੋਣ ਦੀ ਲੋੜ ਆ, ਇੱਕ ਮੁੱਠ ਹੋਣ ਦੀ ਲੋੜ ਆ। ਜੇ ਕੋਈ 19-21 ਆਪਦੇ ਮਨ ਮਿਟਾਵਿਆ ਉਹ ਦੂਰ ਕਰ ਦਿਓ, ਧਰਮ ਨਾਲੋਂ ਆਪਦਾ ਧੜਾ ਪਿਆਰਾ ਹੁੰਦਾ, ਧੜੇ ਨੂੰ ਜਿਤਾਉਣ ਲਈ ਇੱਕ ਮੁੱਠ ਹੋ ਜਾਓ। ਆ ਜਿਹੜੇ ਆਪਣੇ ਕੋਲ 40-50 ਦਿਨ ਰਹਿ ਗਏ ਆ, ਦਿਨ ਰਾਤ ਇੱਕ ਕਰ ਦਿਓ, 40-50 ਨਹੀਂ ਮੈਂ ਕਹੂੰਗਾ, ਆ ਕਣਕਾਂ ਦੀ ਵਾਢੀ ਸ਼ੁਰੂ ਹੋ ਜਾਣੀ ਆ, ਆਪਣੇ ਕੋਲ ਦਿਨ ਹੈਗੇ 15-16, ਮੁੜ ਕੇ ਵਾਢੀਆਂ ਸ਼ੁਰੂ ਹੋ ਜਾਣੀਆਂ, ਆਪਾਂ ਕੰਮਾਂ 'ਚ ਰੁੱਝ ਜਾਣਾ, ਮਜ਼ਦੂਰਾਂ ਮੰਡੀਆਂ 'ਚ ਚੱਲ ਜਾਣਾ, ਖੇਤਾਂ 'ਚ ਆਪਾਂ ਤੂੜੀਆਂ ਬਣਾਉਣ ਲੱਪਣਾ, ਫਿਰ ਪੈਲੀਆਂ ਵਾਹੁਣ ਲੱਪਣਾ, ਪਨੀਰੀਆਂ ਬੀਜਣ ਲੱਪਣਾ ਝੋਨੇ ਦੀਆਂ। ਅਤੇ ਭਰਾਵੋ, ਮੈਂ ਬੇਨਤੀ ਕਰਦਾ, ਆਹ ਜਿਹੜੇ 15-16 ਦਿਨ ਆ, ਦਿਨ ਰਾਤ ਇੱਕ ਕਰ ਦਿਓ, 13 ਦੀਆਂ 13 ਪੰਜਾਬ ਦੀਆਂ ਸੀਟਾਂ ਜਿਤਾ ਕੇ ਇਹਨਾਂ BJP ਵਾਲਿਆਂ ਨੂੰ, ਅਕਾਲੀਆਂ ਅਤੇ ਕਾਂਗਰਸੀਆਂ ਨੂੰ ਦੱਸ ਦਿਓ, ਇਹਨਾਂ ਨੂੰ ਇਹ ਜਿਹੜੇ ਆ ਵਾਰ ਵਾਰ ਇੱਕੋ ਗੱਲ ਕਰਦੇ ਆ, ਇਹ ਬਦਲਾ ਵਾਲੇ, ਇਹਨਾਂ ਨੂੰ ਦੱਸ ਦਿਓ। ਇਹ ਕਹਿੰਦੇ ਆ 2022 'ਚ ਹਨੇਰੀ ਸੀ, ਹੁਣ ਨਹੀਂ ਗਾ ਗੱਲ ਬਾਨੀ। ਭਰਾਵੋ, ਇਹਨਾਂ ਨੂੰ ਦੱਸ ਦਿਓ 2022 'ਚ ਹਨੇਰੀ ਸੀ, 2024 'ਚ ਹੁਣ ਤੂਫਾਨ ਆਉਣ ਵਾਲਾ, ਅਤੇ ਤੁਹਾਡੀਆਂ ਜੜ੍ਹਾਂ ਪੁੱਟ ਕੇ ਲੈ ਜਾਣੀਆਂ, ਤੁਹਾਡੀਆਂ ਕੋਠੀਆਂ ਖੇਡ ਦੇਣੀਆਂ। ਤਗੜੇ ਹੋ ਜਾਓ, ਆਪਾਂ ਵੱਡੀ ਲੀਡ ਨਾਲ ਜਿੱਤਾਂਗੇ। ਅਤੇ ਜਿਹੜਾ ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ ਜੇਲ੍ਹ 'ਚ ਬੰਦ ਕੀਤਾ, ਪਹਿਲਾਂ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਸਾਡੇ ਸੁਪਰੀਮੋ ਨੂੰ ਬੰਦ ਕੀਤਾ, ਸਾਨੂੰ ਵੋਟਾਂ 'ਚ ਘਾਟਾ ਪਊਗਾ, ਪਰ ਭਰਾਵੋ ਇਵੇਂ ਨਹੀਂ। ਆਮ ਆਦਮੀ ਪਾਰਟੀ ਦੀ, ਸ਼੍ਰੀ ਅਰਵਿੰਦ ਕੇਜਰੀਵਾਲ ਦੀ, ਸਰਦਾਰ ਭਗਵੰਤ ਸਿੰਘ ਮਾਨ ਦੀ ਵੇਵ ਜਿਹੜੀ ਆ ਉਹ ਇਸ ਵੇਲੇ ਇੱਕ ਤਰਫੀ ਹੋ ਚੁੱਕੀ ਆ। ਜਿੱਥੇ ਇੰਡੀਆ ਅਲਾਇੰਸ ਦੇ ਉਮੀਦਵਾਰ ਨੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਵੱਡੀ ਲੀਡ ਨਾਲ ਜਿੱਤਣਗੇ। ਐਰਕਾ ਸਰਕਾਰ, ਤੁਸੀਂ ਤਾਂ ਇਹ ਕਹਿੰਦੇ ਜੇ ਨਾ ਵੀ ਸਾਨੂੰ ਜਿਤਾਓ, ਅਸੀਂ ਉੱਥੇ ਬੋਲ ਕੇ ਹੱਕ ਖੋ ਕੇ ਲਿਆਵਾਂਗੇ। ਉਹ ਭਰਾਵੋ, ਹੱਕ ਖੋਣ ਦੀ ਲੋੜ ਨਹੀਂ ਪੈਣੀ, ਸਰਕਾਰ ਹੀ ਇੰਡੀਆ ਅਲਾਇੰਸ ਦੀ ਬਣ ਜਾਣੀ, ਹੱਕ ਆਪੇ ਹੀ ਮਿਲ ਜਾਣੇ ਆ, ਆਪਣਾ ਰੂਰਲ ਡਿਵੈਲਪਮੈਂਟ ਫੰਡ ਮਿਲ ਜਾਣਾ ਆ, ਉਹ ਵਾਧੂ ਗੱਫੇ ਮਿਲ ਜਾਣੇ ਆ। ਇਕੱਲਾ ਇਹ ਨਹੀਂ ਵੀ 5 ਕਰੋੜ ਅਖਤਿਆਰੀ ਫੰਡ MP ਨੂੰ ਮਿਲਣਾ, ਉਹ 100-100 ਕਰੋੜ ਲੈ ਕੇ ਆਵਾਂਗੇ ਆਪਾਂ ਆਪਣੇ ਹਲਕਿਆਂ ਲਈ, ਇੱਕ ਇੱਕ ਸਾਲ ਦਾ 100-100 ਕਰੋੜ ਲੈ ਕੇ ਆਵਾਂਗੇ। ਇੰਡੀਆ ਅਲਾਇੰਸ ਦੀ ਸਰਕਾਰ ਬਣੂਗੀ,
ਵੱਡੇ ਬਹੁਮਤ ਨਾਲ ਸਰਕਾਰ ਬਣੂਗੀ। ਮੋਦੀ ਡਰਿਆ ਪਿਆ ਆ ਤੇ ਜਦੋਂ ਕੋਈ ਵੱਡਾ ਲੀਡਰ ਡਰਦਾ ਆ ਸਮਝ ਲਓ ਉਹਨੂੰ ਪਤਾ ਲੱਗਦਾ ਪਿਆ ਵੀ ਬੀਜੇਪੀ ਦਾ ਪਤਨ ਹੁੰਦਿਆ ਤੇ ਹਮੇਸ਼ਾ ਜਦੋਂ ਕੋਈ ਸਰਕਾਰ ਲੰਮਾ ਸਮਾਂ ਸੱਤਾ ਦੇ ਵਿੱਚ ਰਹਿੰਦੀ ਆ ਭਰਾਵੋ ਲੋਕ ਉਹਦੇ ਨਾਲ ਨਾਰਾਜ਼ ਹੋ ਜਾਂਦੇ ਆ। ਜਿਵੇਂ ਅਕਾਲੀ ਦਲ 10 ਸਾਲ ਲਗਾਤਾਰ ਇੱਥੇ ਰਿਹਾ ਲੋਕ ਨਾਰਾਜ਼ ਹੋਏ ਲੋਕਾਂ ਨੇ ਧੜਾ ਧੜ ਕਾਂਗਰਸ ਨੂੰ ਪਾਤੀਆਂ। ਉਦੋਂ ਅਸਲ 'ਚ ਮੁੱਖ ਮੰਤਰੀ ਉਮੀਦਵਾਰ ਜੇ ਕਿਤੇ ਆਪਣੀ ਪਾਰਟੀ ਐਲਾਨ ਕੀਤਾ ਹੁੰਦਾ ਤੇ ਇਹ ਵੋਟਾਂ ਆਪਾਂ ਨੂੰ ਪੈਣੀਆਂ 17 'ਚ ਹੀ ਆਪਣੀ ਸਰਕਾਰ ਬਣ ਜਾਣੀ। ਤੇ ਭਰਾਵੋ ਉਸੇ ਤਰ੍ਹਾਂ ਹੀ ਨਰਿੰਦਰ ਮੋਦੀ ਤੋਂ ਲੋਕ ਖਫਾ ਨੇ, ਇੰਡੀਆ ਅਲਾਇੰਸ ਦੀ ਲੋਕ ਸਰਕਾਰ ਬਣਾਉਣ ਨੂੰ ਕਾਹਲੇ ਨੇ। ਆ ਵੋਟਾਂ ਦਾ ਦੌਰ ਸ਼ੁਰੂ ਹੋ ਲੈਂਦੋ। ਅੱਜ ਸਰਵੇ ਦੇ ਵਿੱਚ ਇਹ ਚੈਨਲਾਂ ਨੂੰ ਦੇ ਕੇ ਜ਼ਰੂਰ ਬੀਜੇਪੀ ਨੂੰ ਅੱਗੇ ਵਿਖਾ ਰਹੇ ਆ, ਪਰ ਆ ਪਹਿਲਾਂ ਤੋਂ ਵੋਟਾਂ ਬੀਜੇਪੀ ਨਹੀਂ ਲੱਭਣੀ ਸਰਵਿਆਂ 'ਚ, ਆਊਗੀ ਫਿਰ ਸਰਵਿਆਂ ਦੇ ਵਿੱਚ ਇੰਡੀਆ ਅਲਾਇੰਸ ਪਾਰਟੀ, ਆਮ ਆਦਮੀ ਪਾਰਟੀ, ਜਿਹੜੀਆਂ ਸੱਤਾ ਦੇ ਵਿੱਚ ਆਉਣ ਵਾਲੀਆਂ ਪਾਰਟੀਆਂ, ਜਿਹੜੀਆਂ ਇੰਡੀਆ ਅਲਾਇੰਸ ਦੇ ਵਿੱਚ ਪਾਰਟੀਆਂ, ਉਹਨਾਂ ਦੇ ਉਮੀਦਵਾਰ ਜਿੱਤਣਗੇ, ਵੱਡੀ ਲੀਡ ਨਾਲ ਜਿੱਤਾਂਗੇ। ਜਿਹੜੇ ਵੀਰ ਜਿਹੜੇ ਜੰਗ ਲੜਦੇ ਨੇ ਉਹੀ ਜੰਗਾਂ ਜਿੱਤਦੇ ਨੇ, ਜਿਹੜੇ ਅੰਦੋਲਨਾਂ ਦੇ ਵਿੱਚ ਜਾਂਦੇ ਨੇ ਹਮੇਸ਼ਾ ਜਿੱਤ ਕੇ ਉਹੀ ਘਰਾਂ ਨੂੰ ਸੂਰਮੇ ਮੁੜਦੇ।